ਦੇਖੋ ਅੱਜ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਮੁੱਖ ਮੰਤਰੀ ਸਾਹਿਬ ਨੇ ਕੈਂਪਨ ਲਾਂਚ ਕੀਤੀ ਹੈ ਤੇ ਜਿਹਦੇ ਚ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਜਿਸ ਤਰੀਕੇ ਵਿਧਾਨ ਸਭਾ ਦੇ ਵਿੱਚ 92 ਸੀਟਾਂ ਦੇ ਕੇ ਜਿਤਾਇਆ ਸੀ ਹੁਣ ਜਿਹੜੀਆਂ ਬਾਹਾਂ ਨੇ ਉਹ ਮਜ਼ਬੂਤ ਕਰਕੇ ਰੱਖਣ ਬਹੁਤ ਜ਼ਰੂਰੀ ਹੈ। ਜੇ ਜਿਸ ਤਰੀਕੇ ਐਜੂਕੇਸ਼ਨ ਦੇ ਸਿੱਖਿਆ ਦੇ ਖੇਤਰ ਚ ਕੰਮ ਹੋਇਆ, ਸਿਹਤ ਦੇ ਖੇਤਰ ਦੇ ਵਿੱਚ ਮੁਹੱਲਾ ਕਲੀਨਿਕ ਹੋਸਪਿਟਲ ਜਿਹੜੇ ਬਣੇ ਨੇ, ਚਾਹੇ ਉਹ ਬਿਜਲੀ ਮੁਫ਼ਤ ਦੀ ਗੱਲ ਹੈ, ਚਾਹੇ ਤਹਿਸੀਲਾਂ ਦੇ ਵਿੱਚ ਕਰਪਸ਼ਨ ਖਤਮ ਕਰਨ ਦੀ ਗੱਲ ਹੈ, ਲੋਕ ਆਪਣੇ ਮੂੰਹੋਂ ਇਹ ਗੱਲਾਂ ਬੋਲਦੇ, ਚਾਹੇ ਥਾਣਿਆਂ ਦਾ ਸਿਸਟਮ ਬਦਲਣ ਦੀ ਗੱਲ ਆ, ਘਰ ਘਰ ਰਾਸ਼ਨ ਦੀ ਗੱਲ ਹੈ, ਤੇ ਸਾਰਾ ਮਾਹੌਲ ਲੀਡਰ ਨੇ ਜਿਹੜੇ ਉਹ ਲੋਕਾਂ ਚ ਰਹਿੰਦੇ ਨੇ। ਮੁੱਖ ਮੰਤਰੀ ਇਹੋ ਜਿਹੇ ਨੇ, ਪੰਜਾਬ ਦੇ ਇਤਿਹਾਸ ਗਵਾਹ ਹੈ ਕਿ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਹਰ ਰੋਜ਼ ਗਰਾਊਂਡ ਉੱਤੇ ਨੇ। 2 ਸਾਲ ਦੇ ਵਿੱਚ ਜੇ ਅਸੀਂ ਕੰਮ ਦੇਖੀਏ ਤੇ 75 ਸਾਲਾਂ ਦੇ ਕੰਮ ਨੂੰ ਦੇਖੀਏ ਤੇ ਗੱਲਾਂ ਛੋਟੀਆਂ ਨੀ, 35,000 ਸਰਕਾਰੀ ਨੌਕਰੀਆਂ ਦੇ ਦੇਣੀਆਂ। ਤੇ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਜੇ ਹੁਣ ਇੰਨੀ ਜ਼ਿੰਮੇਵਾਰੀ ਦਿੱਤੀ ਆ ਪੰਜਾਬੀਆਂ ਨੂੰ, ਰੈਵੋਲੂਸ਼ਨਰੀ ਕ੍ਰਾਂਤੀਕਾਰੀ ਤੇ ਬਹਾਦਰ ਲੋਕਾਂ ਦਾ ਪੰਜਾਬ ਹੈ, ਕਿ ਹੁਣ ਜ਼ਿੰਮੇਵਾਰੀ ਦੇ ਕੇ ਰੱਖਿਓ। ਹੁਣ 13 ਸੀਟਾਂ ਦੇਣੀਆਂ ਨੇ ਤਾਂ ਕਿ ਜਿਹੜੇ ਫੰਡ, ਜਿਹੜਾ ਪੈਸਾ ਪੰਜਾਬ ਦਾ ਕੇਂਦਰ ਸਰਕਾਰ ਰੋਕਦੀ ਹੈ, ਅੱਗੇ ਇਕੱਲੇ ਭਗਵੰਤ ਮਾਨ ਜੀ ਉੱਥੇ ਜਦੋਂ ਜਾਂਦੇ ਸੀ ਇਕੱਲੇ ਹੀ ਉਹਨਾਂ ਨੂੰ ਭਜਾਈ ਰੱਖਦੇ ਸੀ, ਤੇ ਜੇ ਕਿਤੇ ਤੁਸੀਂ 13 MP ਉੱਥੇ ਬਿਠਾਤੇ ਤੇ ਪੰਜਾਬ ਦੀ ਠਹਿਣੀ ਨਹੀਂ ਉੱਥੇ ਰੁਕ ਸਕਦੀ। ਕਹਿੰਦੇ ਕਈ ਜਿਹੜੇ ਮੰਤਰੀ ਨੇ ਉਹਨਾਂ ਦਾ ਵੀ ਨਾਮ ਚੱਲ ਰਿਹਾ ਸਰਵੇ ਦੇ ਵਿੱਚ, 3-4 ਮੰਤਰੀਆਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ, ਤੁਹਾਨੂੰ ਕੋਈ ਗੱਲਬਾਤ ਹੋਈ? ਤੁਸੀਂ ਮੈਦਾਨ ਦੇ ਵਿੱਚ ਉਤਰੋਗੇ, ਤੁਸੀਂ ਇਲੈਕਸ਼ਨ ਲੜੋਗੇ ਬਠਿੰਡਾ ਜਾਂ ਕਿਸੇ ਵੀ ਜਗ੍ਹਾ? ਨਹੀਂ, ਮੇਰੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਆ ਤੇ ਨਾ ਹੀ ਮੈਨੂੰ ਕਿਸੇ ਬਾਰੇ ਜਾਣਕਾਰੀ ਹੈ ਜੀ। ਇਹ ਸਾਰੇ ਸਾਡੇ ਸੁਪਰੀਮੋ, ਸਾਡੇ ਮੁੱਖ ਮੰਤਰੀ ਸਾਹਿਬ ਦਾ ਫੈਸਲਾ, ਉਹੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਸਕਦੇ ਆ। ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਮੰਤਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਲਾਣਾ, ਔਰ ਕਿਹਾ ਜਾ ਰਿਹਾ 4-5 ਸੀਟਾਂ ਇਹੋ ਜੀਆਂ ਜਿਸ ਤੇ ਮੌਜੂਦਾ ਮੰਤਰੀ ਚੋਣ ਲੜਦੇ ਨੇ? ਦੇਖੋ, ਇਹ ਸਾਰੇ ਫੈਸਲਾ ਜਿਹੜਾ ਜਿੰਨੀ ਵੀ ਕਿਸੇ ਨੂੰ ਜਿਹੜੀ ਵੀ ਜ਼ਿੰਮੇਵਾਰੀ ਦੇਣੀ ਹੈ ਉਹਨਾਂ ਦਾ ਫੈਸਲਾ, ਇਹਦੇ ਤੇ ਮੈਂ ਕੋਈ ਵੀ ਟਿੱਪਣੀ ਜਾਂ ਮੈਨੂੰ ਜਾਣਕਾਰੀ ਨਹੀਂ। ਸਲੋਗਨ ਜਿਹੜਾ ਦਿੱਤਾ ਗਿਆ ਉਹ ਭਗਵੰਤ ਮਾਨ ਨੂੰ ਧਿਆਨ ਚ ਰੱਖ ਕੇ ਦਿੱਤਾ ਗਿਆ, ਕਿਸ ਤਰੀਕੇ ਨਾਲ ਦੇ ਦਿਓ? ਸੰਸਦ ਚ ਵੀ ਭਗਵੰਤ ਮਾਨ, ਦਿੱਲੀ ਚ ਅਰਵਿੰਦ ਕੇਜਰੀਵਾਲ ਨੂੰ ਧਿਆਨ ਚ ਰੱਖ ਕੇ ਦਿੱਤਾ ਗਿਆ ਸੀ, ਸਭ ਤੋਂ ਵੱਡੇ ਸਟਾਰ ਪ੍ਰਚਾਰਕ ਉਹੀ ਹੋਣਗੇ। ਦੇਖੋ, ਭਗਵੰਤ ਮਾਨ ਜੀ ਹੀਰੋ ਨੇ, ਨਾਇਕ ਨੇ, ਪੰਜਾਬ ਦੇ ਕਮਾਲ ਦੇ ਪੋਲੀਟੀਸ਼ੀਅਨ ਨੇ, ਇਮਾਨਦਾਰ, ਹਿਸਟਰੀ ਦੇ ਸਭ ਤੋਂ ਇਮਾਨਦਾਰ, ਲਾਜਵਾਬ ਤੇ ਜਿਹੜੇ ਲੋਕਾਂ ਚ ਰਹਿਣ ਵਾਲੇ ਆ। ਕੋਈ ਵੀ ਬੰਦਾ ਕਿਹੜੀ ਚੀਜ਼ ਸਭ ਤੋਂ ਕੀਮਤੀ ਹੈ ਜਿਹੜੀ ਦੇ ਸਕਦਾ? ਸਮਾਂ। ਬੰਦੇ ਦਾ ਜਦੋਂ ਟਾਈਮ ਪੂਰਾ ਹੋ ਗਿਆ ਉਹ ਟਾਈਮ ਨਹੀਂ ਖਰੀਦ ਸਕਦਾ। ਸੋ ਸਾਰਾ ਦਿਨ ਲੋਕਾਂ ਚ ਰਹਿਣਾ, ਸਮਾਂ ਦੇਣਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨਾ, ਆਮ ਲੋਕਾਂ ਨੂੰ ਵਿਚਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ।